विरासत टीवी ਦੇ ਨਾਲ जुड़े हुए आप सारे ही दर्शकों का स्वागत है। प्रोग्राम साहित्य ते साहित्यकार जी आई ਨੂੰ ਆਖਦੇ ਹਾਂ ਤੇ मेरे वालों आप सारे प्यार भरी सत श्री अकाल। उम्मीद ते अरदास करदा जिथे किथे होवो परमात्मा अकाल पुरख अल्लाह ताला दे भाणे विच अपनी जिंदगी नूं बतीत कर रहे होवो। सो दोस्तों प्रोग्राम दे विच जिवें असीं गल करनी हुंदी है साहित्य उत्ते चर्चा ते नाल दी नाल गल करनी है साहित्यकार दे नाल। साहित्य सिरजिया गया है सिरजिया जा रहा है ते सिरजिया जांदा रहेगा पर सिरजनहार बारे जे गल ना होवे ते शायद ओह स्वाद नहीं रहिंदा। मैं निजी तौर ते कई वारी अनुभव करदा जो पुराने साहित्यकारां दीआं साहित्यक रचनावां पढ़ी दीआं वी काश कि मैं इन्हां नूं मिल सकदा हुंदा। सो वो जी गुफ्तगू भी किस माहौल के साहित्य की सृजना हुई की ख्याल वो मन के आए जब परमात्मा ने बख्शिश की कुछ ख्याल ने कुछ घटनावान ने उन्होंने किमें टुंबिया तो उन्हें एडे वे जे साहित्य की रचना की है। अज साडे अमृतसर स्टूडियो में मौजूद ने सरदार तरविंदर सिंह जी औलख जो लगातार एक लंबे समय तो साहित्य की सृजना के नाल नाल साहित्य के प्रचार और प्रसार के वास्ते भी यत्नशील है। बतौर पत्रकार की गल करिए बतौर साहित्यकार गल करिए बतौर पंजाबी साहित्य सभावां दे प्रबंधकी अमले दे तौर ते गल करके वेखिए हर खेत्र दे विच जिथों भी साहित्य नूं प्रचारिया जा सकता है प्रसारिया जा सकता है पंजाबी साहित्य की झोली विच जां पंजाबी जगत की झोली विच कुछ दिता जा सकता है उत्थे तरविंदर सिंह औलख जी तुहानूं खड़े होए नज़र आउणगे। सो पहलां स्वागत करदे हां जी नूं आखदे हां प्रोग्राम दे विच औलख साहब सति श्री अकाल जी। सति श्री अकाल जी। पहलां तां सेहतां दसो ਮੌਸਮ ਵੀ ਚੇਂਜ ਹੋ ਰਿਹਾ ਆ ਸੇਤਾ ਕਿਦਾਂ ਬਿਲਕੁਲ ਜੀ ਕਹਿਓ ਚਲੋ ਖਰਾਕਾਂ ਚੰਗੀਆਂ ਖਾਈਦੀਆਂ ਬਿਲਕੁਲ ਚੰਗੀਆਂ ਖਰਾਕਾਂ ਦਾ ਤੁਸੀਂ ਖਾ ਲੈਂਦੇ ਨਾ ਕਿਉਂਕਿ ਪਿੰਡ ਵਿੱਚ ਰਹਿੰਦੇ ਆ ਹਾਂਜੀ ਹਾਂਜੀ ਸਾਨੂੰ ਉਹ ਖਾਏ ਜੀ ਇੱਥੇ ਤੇ ਇਹ ਤਾਂ ਜਾਂ ਤੁਸੀਂ ਲੈ ਕੇ ਆਉਂਦੇ ਆਉਣ ਲੱਗੇ ਸਟੂਡੀਓ ਵਾਸਤੇ ਕੁਝ ਫਿਰ ਤਾਂ ਨਹੀਂ ਲੈ ਕੇ ਤੇ ਅੰਮ੍ਰਿਤਸਰ ਤੋਂ ਜਾਂਦੇ ਅਸੀਂ ਅੱਛਾ ਫਿਰ ਠੀਕ ਹੈ ਠੀਕ ਹੈ ਜੀ ਬਿਲਕੁਲ ਜੀ ਸਿਲਸਿਲਾ ਆਪਾਂ ਗੱਲਬਾਤ ਦਾ ਤੌਰ ਤੋਰਦੇ ਹਾਂ ਸ਼ੁਰੂਆਤੀ ਸਮਾਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਵੀ ਕਿੱਦਾਂ ਇਸ ਪਾਸੇ ਰੁਝਾਨ ਸਾਹਿਤ ਵਾਲੇ ਪਾਸੇ ਕਿੱਦਾਂ ਆਇਆ ਘਰ ਦੇ ਮਾਹੌਲ ਤੋਂ ਹੀ ਮੇਰੇ ਮਾਤਾ ਪਿਤਾ ਬਹੁਤ ਘੱਟ ਪੜ੍ਹੇ ਸਨ ਪਰ ਪੰਜਾਬੀ ਵਧੀਆ ਪੜ੍ਹ ਲੈਂਦੇ ਸਨ ਜੀ ਤੇ ਜਦੋਂ ਮੈਂ ਹੋਸ਼ ਸੰਭਾਲੀ ਔਰ ਪੰਜਾਬੀ ਪੜ੍ਹਨੀ ਮੈਨੂੰ ਆ ਗਈ ਸਕੂਲ ਪੜ੍ਹਦਿਆਂ ਜੀ ਉਸ ਸਮੇਂ ਮੈਂ ਸ਼ਨਾਖਤ ਕੀਤੀ ਆਪਣੇ ਘਰ ਦੇ ਵਿੱਚ ਪਈਆਂ ਕਿਤਾਬਾਂ ਦੀ ਜਸਵੰਤ ਸਿੰਘ ਕਮਲ ਦੇ ਨਾਵਲ ਜੀ ਪੂਰਨਮਾਸ਼ੀ ਰਾਤ ਬਾਕੀ ਹੈ ਕੁਝ ਹੋਰ ਨਾਵਲ ਇਸੇ ਤਰ੍ਹਾਂ ਗਿਆਨੀ ਗੁਰਦਿੱਤ ਸਿੰਘ ਦੀ ਮੇਰਾ ਪਿੰਡ ਬੜੀ ਚਰਚਿਤ ਪੁਸਤਕ ਬਿਲਕੁਲ ਔਰ ਵਾਰਸ ਦੀ ਹੀਰ ਉਹ ਸਾਡੇ ਘਰ ਦੇ ਵਿੱਚ ਸੀ ਪਰ ਬਚਪਨ ਦੇ ਵਿੱਚ ਮੈਂ ਉਹ ਕਿਤਾਬਾਂ ਪੜ੍ਹ ਲਈਆਂ ਸਨ ਤੇ ਫਿਰ ਇਹੋ ਜਿਹੀ ਚੇਟਕ ਲੱਗੀ ਆਪਣੇ ਉਦੋਂ ਕਹਿਤੇ ਤੋਂ ਇਲਾਵਾ ਪੰਜਵੀਂ ਤੱਕ ਲਾ ਲਓ ਕਹਿਤੇ ਪੜ੍ਹਦੇ ਸਾਂ ਤੇ ਮੇਰੇ ਚਾਚਾ ਜੀ ਪੜ੍ਹਦੇ ਸਨ ਉਦੋਂ ਹਾਈ ਸਕੂਲ ਦੇ ਵਿੱਚ ਮੇਰੇ ਤੋਂ 4-5 ਸਾਲ ਵੱਡੇ ਸਨ ਉਹਨਾਂ ਦੀਆਂ ਮੈਂ ਜਿਹੜੀਆਂ ਸਕੂਲ ਦੀਆਂ ਕਿਤਾਬਾਂ ਉਹ ਵੀ ਸਾਰੀਆਂ ਪੜ੍ਹ ਲਈਆਂ ਤੇ ਫਿਰ ਮੇਰੇ ਹੱਥ ਦੇ ਵਿੱਚ ਕੋਈ ਵੀ ਅਖਬਾਰ ਕੋਈ ਕਾਪੀ ਕੋਈ ਵੀ ਆ ਜਾਣਾ ਉਹ ਮੈਂ ਪੜ੍ਹਨਾ ਸ਼ੁਰੂ ਕਰ ਦੇਣਾ ਔਰ ਪੜ੍ਹਨ ਦੀ ਚੇਟਕ ਲੱਗ ਗਈ ਉਸ ਤੋਂ ਉੱਥੇ ਮੈਂ ਸਮਝਦਾ ਕਿ ਸਹਿਤ ਦੇ ਨਾਲ ਮੇਰਾ ਜਿਹੜਾ ਸੰਬੰਧ ਜੁੜਦਾ ਗਿਆ ਬਿਲਕੁਲ ਅੱਜ ਵੀ ਅਸੀਂ ਕਈ ਵਾਰੀ ਗੱਲ ਕਰਦੇ ਹੁੰਦੇ ਨੇ ਵੀ ਸਾਹਿਤ ਨਾਲ ਸਾਨੂੰ ਜੁੜਨਾ ਚਾਹੀਦਾ ਆ ਤੇ ਉੱਥੇ ਮੈਂ ਸਮਝਦਾ ਹੁੰਦਾ ਵੀ ਮਾਤਾ ਪਿਤਾ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਆ ਬੜਾ ਵੱਡਾ ਫਰਜ਼ ਹੁੰਦਾ ਆ ਪਰ ਬੜੇ ਦੁੱਖ ਨਾਲ ਕਈ ਵਾਰੀ ਮੌਜੂਦਾ ਸਮੇਂ ਦੇ ਸੰਦਰਭ ਵਿੱਚ ਕਹਿਣਾ ਪੈਂਦਾ ਵੀ ਅਸੀਂ ਸਾਹਿਤ ਕਿੱਥੇ ਆਪਣੇ ਘਰਾਂ ਵਿੱਚ ਲੈ ਕੇ ਆਉਣਾ ਸਾਡੇ ਹੁਣ ਬਹੁਤ ਸਾਰੇ ਐਸੇ ਘਰ ਨੇ ਪੰਜਾਬੀ ਪਰਿਵਾਰ ਨੇ ਜਿੱਥੇ ਅਖਬਾਰ ਵੀ ਜਿਹੜੀ ਰੋਜ਼ਾਨਾ ਪੰਜਾਬੀ ਦੀ ਨਹੀਂ ਆਉਂਦੀ ਸੋ ਉੱਥੇ ਸਾਹਿਤ ਕਿੱਦਾਂ ਪਹੁੰਚੂਗਾ ਤੇ ਮੈਂ ਇਹ ਕਈ ਵਾਰੀ ਮਹਿਸੂਸ ਕਰਦਾ ਹੁੰਦਾ ਔਲਖ ਸਾਹਿਬ ਜੀ ਜਿਸ ਘਰ ਦੇ ਵਿੱਚ ਜਾਂ ਜਿਸ ਘਰ ਦੀ ਦਹਲੀਜ਼ ਸਾਹਿਤ ਕਦੇ ਟੱਪਿਆ ਹੀ ਨਾ ਉਹ ਘਰ ਬੌਧਿਕ ਤੌਰ ਤੇ ਹਮੇਸ਼ਾ ਸੱਖਣਾ ਰਹਿੰਦਾ ਆ ਤੇ ਉਹ ਰੂੜੀਵਾਦੀ ਪਰੰਪਰਾਵਾਂ ਵੀ ਉੱਥੇ ਵੱਧ ਹੁੰਦੀਆਂ ਆ ਬਿਲਕੁਲ ਕਾਟੋ ਕਲੇਸ਼ ਵੀ ਉੱਥੇ ਜ਼ਿਆਦਾ ਰਹਿੰਦੀ ਹੈ ਕਿਉਂਕਿ ਇੱਕ ਮਾਨਸਿਕ ਪੱਧਰ ਸਾਡਾ ਜਿਹੜਾ ਆ ਸ਼ਾਇਦ ਉਹ ਵਿਕਾਸਸ਼ੀਲ ਨਹੀਂ ਹੋਇਆ ਹੁੰਦਾ ਸੋ ਇਹ ਚੇਟਕ ਜਿਹੜੀ ਬਚਪਨ ਦੇ ਵਿੱਚ ਔਲਖ ਸਾਹਿਬ ਨੂੰ ਲੱਗੀ ਹੈ ਤੇ ਮੈਂ ਸਮਝਦਾ ਵੀ ਇਹਨਾਂ ਦੀ ਖੁਸ਼ਕਿਸਮਤੀ ਹੈ ਔਰ ਇਹਨਾਂ ਦੇ ਮਾਤਾ ਪਿਤਾ ਦੀ ਇੱਕ ਬਹੁਤ ਵੱਡੀ ਦੇਣ ਹੈ ਜਨਮ ਤਾਂ ਦਿੱਤਾ ਪਰ ਜਨਮ ਦੇਣ ਤੋਂ ਬਾਅਦ ਇੱਕ ਸੇਧ ਉੱਤੇ ਇੱਕ ਰਸਤੇ ਉੱਤੇ ਜਿਹੜਾ ਹੈ ਮਾਤਾ ਪਿਤਾ ਨੇ ਤੋਰ ਦੇਣਾ ਤੇ ਸਾਹਿਤ ਨਾਲ ਜੋੜ ਦੇਣਾ ਤਾਂ ਵੈਸੇ ਬਹੁਤ ਵੱਡੀ ਜਿਹੜੀ ਹੈ ਅਚੀਵਮੈਂਟ ਹੈ ਫਟੇ ਜੀ ਮੈਨੂੰ ਇਹ ਹੋਰ ਗੱਲ ਯਾਦ ਆ ਗਈ ਮਾਤਾ ਪਿਤਾ ਬਾਰੇ ਜੀ ਉਹ ਮਤਲਬ ਹੈਰਾਨੀ ਵਾਲੀ ਗੱਲ ਹੋ ਗਈ ਜਿੱਥੇ ਉਹਨਾਂ ਨੂੰ ਸਾਹਿਤ ਪੜ੍ਹਨ ਦਾ ਸ਼ੌਂਕ ਸੀ ਜੀ ਉੱਥੇ ਉਹਨਾਂ ਨੂੰ ਫਿਲਮਾਂ ਵੇਖਣ ਦਾ ਵੀ ਬਹੁਤ ਸ਼ੌਂਕ ਸੀ ਅੱਛਾ ਕੀ ਬਾਤ ਹੈ ਅਸੀਂ ਤਿੰਨ ਭਰਾ ਜੀ ਤੇ ਉਸ ਸਮੇਂ ਦੇ ਚਰਚਿਤ ਹੀਰੋ 1972 ਦੇ ਵਿੱਚ ਜਦੋਂ ਮੇਰਾ ਜਨਮ ਹੋਇਆ ਉਦੋਂ ਧਰਮਿੰਦਰ ਬਹੁਤ ਛਾਇਆ ਸੀ ਔਰ ਮੇਰਾ ਨਾਂ ਧਰਮਿੰਦਰ ਰੱਖਿਆ ਗਿਆ ਉਹ ਬਾਅਦ 'ਚ ਵਿਗੜ ਕੇ ਧਰਮਿੰਦਰ ਬਣ ਗਿਆ ਸਕੂਲ ਦੇ ਵਿੱਚ ਜਦੋਂ ਤੇ ਮੇਰੇ ਤੋਂ ਛੋਟਾ ਭਰਾ ਉਹਦਾ ਨਾਂ ਜਤਿੰਦਰ ਤੇ ਤੀਸਰੇ ਦਾ ਰਜਿੰਦਰ ਉਸ ਸਮੇਂ ਦੇ ਹੀਰੋ ਜਿਹੜੇ ਸੀ ਸਾਡੇ ਹੀਰੋਆਂ ਦੇ ਨਾਂ ਦੇ ਤਿੰਨਾਂ ਭਰਾਵਾਂ ਦੇ ਨਾਂ ਮੇਰੇ ਮਾਤਾ ਪਿਤਾ ਨੇ ਰੱਖਿਆ ਔਰ ਫਿਲਮਾਂ ਦਾ ਵੀ ਤੇ ਨਾਲ ਸਾਹਿਤ ਦਾ ਵੀ ਇਹ ਸੰਜੋ ਇਹ ਤਾਂ ਫਿਰ ਦੋਨੋਂ ਪਾਸੇ ਹੀ ਹੋ ਗਏ ਫਿਰ ਅਦਾਕਾਰੀ ਵੱਲ ਫਿਰ ਇੱਦਾਂ ਨਹੀਂ ਆਈ ਫਿਰ ਉਹ ਗੱਲ ਹੈਗੀ ਸੀ ਕੋਈ ਨਾ ਗੱਲ ਫਿਰ ਅਦਾਕਾਰੀ ਫਿਰ ਇਸੇ ਕਰਕੇ ਆਈ ਜਾਂ ਵੈਸੇ ਸ਼ੌਂਕ ਨਾਲ ਆ ਗਈ ਨਹੀਂ ਉਹ ਵੈਸੇ ਸ਼ੌਂਕ ਨਾਲ ਆ ਗਈ ਫਿਲਮਾਂ ਵੇਖਣ ਦਾ ਤੇ ਮਾਤਾ ਪਿਤਾ ਵੱਲੋਂ ਵੇਖ ਕੇ ਮੈਨੂੰ ਸ਼ੌਂਕ ਤੇ ਆ ਗਿਆ ਪਰ ਬਹੁਤ ਵੱਡੀ ਪੱਧਰ ਤੇ ਫਿਲਮਾਂ ਨਹੀਂ ਵੇਖੀਆਂ ਮੈਨੂੰ ਯਾਦ ਹੈ ਮੇਰੇ ਪਿਤਾ ਜੀ
ਕਿ ਸਾਈਕਲ ਦੇ ਉੱਤੇ ਸਾਨੂੰ ਛੋਟੇ ਦੋਵਾਂ ਭਰਾਵਾਂ ਨੂੰ ਲੈ ਕੇ ਆਉਂਦੇ ਹੁੰਦੇ ਸੀ ਪਰ ਫਿਲਮ ਖਾ ਕੇ ਲੈ ਕੇ ਜਾਣਾ ਪਿੰਡ ਠੀਕ ਹੈ ਤੇ ਉਹ ਕਦੇ ਕਦੇ ਚਲੋ ਫਿਲਮ ਵੇਖ ਲਈਦੀਆਂ ਪਰ ਉਹ ਸ਼ੌਂਕ ਤੇ ਜ਼ਰੂਰ ਹੈਗਾ ਮਾਤਾ ਪਿਤਾ ਤੋਂ ਪਿਆਰ ਬਿਲਕੁਲ ਔਲਖ ਸਾਹਿਬ ਦੀ ਖਾਸ ਗੱਲ ਇਹ ਵੀ ਹੈਗੀ ਵੀ ਜਿੱਥੇ ਮੈਂ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਨਾ ਵੀ ਸਾਹਿਤ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋ ਗਈ ਤੁਸੀਂ ਇਹਨਾਂ ਨੂੰ ਖੜੇ ਵੇਖੋਗੇ ਉਸ ਫੀਲਡ ਦੇ ਵਿੱਚ ਉਸ ਖੇਤਰ ਦੇ ਵਿੱਚ ਹਰ ਥਾਂ ਔਰ ਸਭ ਤੋਂ ਅੱਗੇ ਬਈ ਕੇਵਲ ਗੱਲਾਂ ਨਹੀਂ ਬਈ ਪ੍ਰੈਕਟੀਕਲ ਤੌਰ ਤੇ ਅਮਲੀ ਤੌਰ ਤੇ ਜਿਹੜਾ ਨਾ ਜ਼ਿੰਦਗੀ ਵਿੱਚ ਆਪਣੇ ਅਸੂਲ ਲਾਗੂ ਕਰਨੇ ਸਭ ਤੋਂ ਔਖੇ ਹੁੰਦੇ ਆ ਤੇ ਉਹਨਾਂ ਅਸੂਲਾਂ ਦਾ ਪ੍ਰਚਾਰ ਕਰਨਾ ਫਿਰ ਵੀ ਬਹੁਤ ਹੱਦ ਤੱਕ ਸੌਖਾ ਹੁੰਦਾ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਵਾ ਪਰ ਹਰ ਥਾਂ ਤੇ ਪਹੁੰਚਣਾ ਆਪਣੇ ਕਾਰ ਵਿਹਾਰ ਪਰਿਵਾਰ ਛੱਡ ਕੇ ਔਰ ਸ਼ਹਿਰ ਤੋਂ ਦੂਰ ਹੋਣ ਦੇ ਬਾਵਜੂਦ ਸ਼ਹਿਰ ਵਿੱਚ ਜਾਂ ਸ਼ਹਿਰ ਤੋਂ ਬਾਹਰ ਦੂਜੇ ਸ਼ਹਿਰਾਂ ਵਿੱਚ ਸੂਬੇ ਪੱਧਰ ਉੱਤੇ ਵੀ ਜੇਕਰ ਕੋਈ ਸਮਾਗਮ ਹੁੰਦੇ ਨੇ ਤੇ ਉੱਥੇ ਇਹ ਜ਼ਰੂਰ ਆਪਣੀ ਹਾਜ਼ਰੀ ਲਵਾਉਂਦੇ ਆ ਤੇ ਉਹਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੈਗਾ ਵੀ ਜਿਹੜੀ ਕੇਂਦਰੀ ਸਾਹਿਤ ਸਭਾ ਹੈਗੀ ਉਹਦੇ ਵਿੱਚ ਵੀ ਤੁਹਾਡੀ ਕੋਈ ਭੂਮਿਕਾ ਹੈਗੀ? ਹਾਂਜੀ ਹਾਂਜੀ ਪਿਛਲੇ 3 ਸਾਲ ਪਹਿਲਾਂ ਜਦੋਂ ਚੋਣ ਹੋਈ ਸੀ ਪਰ ਪਹਿਲੀ ਵਾਰੀ ਮੈਂ ਚੋਣ ਲੜੀ 71 ਵਜੋਂ ਤੇ ਕਾਮਯਾਬ ਹੋ ਗਏ ਉਹ ਸਮਝੌਤਾ ਹੋ ਗਿਆ ਦੋਵਾਂ ਜੇ ਗਰੁੱਪ ਦੋ ਲੜਦੇ ਨੇ ਚੋਣਾਂ ਤੇ ਉਹ 6 ਮੈਂਬਰ ਉਧਰੋਂ ਲਏ 6 ਔਰ ਮੇਰੀ ਖੁਸ਼ਕਿਸਮਤੀ ਵੀ ਮੇਰੀ ਉਹਨਾਂ ਦੇ ਵਿੱਚ ਚੋਣ ਹੋਈ ਕਿਉਂਕਿ ਬਹੁਤ ਸਾਰਿਆਂ ਦੇ ਜਿਹੜੇ ਕਾਗਜ਼ ਜਿਹੜੇ ਆ ਉਹ ਵਾਪਸ ਲੈਣੇ ਪਏ ਸੀ ਪਰ ਉੱਥੇ ਸਮਝੌਤਾ ਹੋ ਗਿਆ ਔਰ ਪਿਛਲੇ 3 ਸਾਲ ਤੋਂ 71 ਦੀ ਭੂਮਿਕਾ ਵੀ ਨਿਭਾ ਰਿਹਾ ਹੁਣ 18 ਦਸੰਬਰ ਨੂੰ ਫਿਰ ਵੋਟਾਂ ਆ ਰਹੀਆਂ ਨੇ ਫਿਰ ਵੇਖਾਂਗੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਪਰ ਉਹ ਆਪਣੇ ਫਰਜ਼ ਆਪਾਂ ਨਿਭਾਏ ਸਾਡੀਆਂ ਦੋਵਾਂ ਤੁਹਾਡੇ ਨਾਲ ਨੇ ਜੀ ਜ਼ਿਕਰ ਕੀਤਾ ਔਲਖ ਸਾਹਿਬ ਨੇ ਵੀ ਕੇਂਦਰੀ ਸਾਹਿਤ ਸਭਾ ਦੇ ਵਿੱਚ ਬਤੌਰ 71 3 ਸਾਲ ਤੋਂ ਜਿਹੜੀਆਂ ਸੇਵਾਵਾਂ ਦੇ ਰਹੇ ਨੇ ਉਹਦੇ ਨਾਲ ਉਹ ਕਹਿੰਦੇ ਮੇਰੀ ਸਿਲੈਕਸ਼ਨ ਬਣੀ ਕਿੱਦਾਂ ਹੋ ਗਈ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਚੁਣਿਆ ਗਿਆ ਪਰ ਇਹ ਨਹੀਂ ਦੱਸਦੇ ਪਿੱਛੇ 23 ਸਾਲ ਹੋਰ ਹੈਗੇ ਸੀ ਜੀ ਜੀ ਉਹ 23 ਸਾਲ ਬਾਰੇ ਦੱਸ ਦਿਓ ਵੀ ਕਿੱਦਾਂ ਜਿਹੜਾ ਕਿ ਹੁਣ ਤੱਕ ਆਪਾਂ 26 ਸਾਲ ਮੰਨ ਲੈਂਦੇ ਹਾਂ ਕਿ ਜਿਹੜੀ ਇੱਕ ਸਾਹਿਤ ਸਭਾ ਤੁਸੀਂ ਚੁਗਾਵੇਂ ਦੇ ਵਿੱਚ ਚਲਾ ਰਹੇ ਹੋ ਉਹ ਸ਼ੁਰੂਆਤ ਉਹਦੀ ਕਿੱਦਾਂ ਹੁੰਦੀ ਹੈ ਤੇ ਉਹ ਕਿਹੜੇ ਕਿ ਤੁਸੀਂ ਕਾਰਜ ਕੀਤੇ ਹੁਣ ਤੱਕ? ਜਦੋਂ 1990 ਦੇ ਵਿੱਚ ਮੈਂ +2 ਦੇ ਵਿੱਚ ਪੜ੍ਹਦਾ ਸਾਂ ਜੀ ਤੇ ਲੋਪਕ ਸਕੂਲ ਦੇ ਵਿੱਚ ਪੜ੍ਹਦੇ ਉੱਥੋਂ ਪ੍ਰੀਤ ਨਗਰ 2 ਕਿਲੋਮੀਟਰ ਦੂਰ ਕੀ ਬਾਤ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ 1933 ਦੇ ਵਿੱਚ ਉਹ ਨਗਰ ਵਸਾਇਆ ਸੀ ਔਰ ਵੱਡੇ ਲੇਖਕ ਨਾਵਲਕਾਰ ਨਾਨਕ ਸਿੰਘ ਹੋਰਾਂ ਨੇ ਬੜਾ ਸਮਾਂ ਉੱਥੇ ਗੁਜ਼ਾਰਿਆ ਬਲਰਾਜ ਸਾਹਨੀ ਹੋਰੀ ਯਾਰ ਜਿੰਨੀਆਂ ਵੀ ਵੱਡੀਆਂ ਹਸਤੀਆਂ ਸਾਹਿਤ ਦੀਆਂ ਨੇ ਉਹ ਉੱਥੇ ਸਮੇਂ ਸਮੇਂ ਤੇ ਜਾਂਦੀਆਂ ਰਹੀਆਂ ਰਹਿੰਦੀਆਂ ਰਹੀਆਂ ਤੇ ਪਤਾ ਲੱਗਿਆ ਵੀ ਮੁਖਤਾਰ ਗਿੱਲ ਜੀ ਇੱਥੇ ਰਹਿੰਦੇ ਨੇ ਮੁਖਤਾਰ ਗਿੱਲ ਹੋਰਾਂ ਦਾ ਬੜਾ ਵੱਡਾ ਨਾਂ ਉਸ ਸਮੇਂ ਦੇ ਵਿੱਚ ਵੀ ਅੱਜ ਵੀ ਉਸ ਸੰਦਰਭ ਦੇ ਵਿੱਚ ਉਹਨਾਂ ਦੀ ਨਾਟਕ ਕਹਾਣੀਆਂ ਦੇ ਉੱਤੇ ਟੀਵੀ ਸੀਰੀਅਲ ਬਣੇ ਉਹ ਫਿਲਮ ਵਿਸਾਖੀ ਬਣੀ ਤੇ ਅਸੀਂ ਉਹਨਾਂ ਦੇ ਨਾਲ ਜੁੜੇ ਤੇ 1990 ਦੇ ਵਿੱਚ ਉਹਨਾਂ ਨੂੰ ਸਰਪ੍ਰਸਤ ਬਣਾ ਕੇ ਅਸੀਂ ਸਹਿਤ ਸਭਾ ਚੁਗਾਵਾਂ ਦਾ ਗਠਨ ਕਰ ਦਿੱਤਾ ਔਰ ਪਹਿਲਾ ਜਨਰਲ ਸਕੱਤਰ 1990 ਦੇ ਵਿੱਚ ਮੈਂ ਉਹਦਾ ਬਣਿਆ ਸਾਂ +2 'ਚ ਪੜ੍ਹਦਿਆਂ ਉਸ ਤੋਂ ਬਾਅਦ ਸਭਾ ਦੇ ਜਿਹੜੇ ਪ੍ਰੋਗਰਾਮ ਚੱਲਦੇ ਰਹੇ ਲਗਾਤਾਰ ਸਰਗਰਮੀਆਂ ਹੁੰਦੀਆਂ ਰਹੀਆਂ ਤੇ ਫਿਰ ਪਿਛਲੇ 26 ਸਾਲਾਂ ਤੋਂ ਇਹਦੇ ਪ੍ਰਧਾਨਗੀ ਦੇ ਫਰਜ਼ ਜਿਹੜੇ ਆ ਉਹ ਮੈਂ ਨਿਭਾ ਰਿਹਾ ਕਿਉਂਕਿ ਮੈਂ ਜਿਹੜੀ ਮੈਨੂੰ ਆਪਣੇ ਆਪ ਮਹਿਸੂਸ ਕਰਦਾ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹਨੂੰ ਤਨਦੇਹੀ ਦੇ ਨਾਲ ਨਿਭਾਈਦਾ ਤੇ ਅੱਜ ਤੱਕ 32 ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਇਹੋ ਜਿਹੀ ਨਹੀਂ ਜਿੱਥੇ ਮੈਂ ਕਦੇ ਗੈਰ ਹਾਜ਼ਰ ਹੋਇਆ ਵਾਂ ਜਾਂ ਸਮੇਂ ਤੋਂ ਲੇਟ ਪਹੁੰਚਿਆ ਵਾਂ ਤੇ ਇਸੇ ਮੇਰੇ ਗੱਲਬਾਤ ਨੂੰ ਵੇਖਦੇ ਹੋਏ ਮੇਰੇ ਜਿਹੜੇ ਸਾਥੀ ਨੇ ਉਹ ਚੁਣ ਲੈਂਦੇ ਨੇ ਹਰ ਵਾਰ 2 ਸਾਲ ਬਾਅਦ ਚੋਣ ਹੁੰਦੀ ਆ ਕਿ ਤੁਸੀਂ ਪ੍ਰਧਾਨਗੀ ਦੇ ਫਰਜ਼ ਨਿਭਾਓ ਬਾਕੀ ਅਹੁਦੇਦਾਰ ਜਿਹੜੇ ਆਪੋ ਆਪਣਾ ਕੰਮ ਕਰਨਗੇ ਤੇ ਇਸੇ ਤਰ੍ਹਾਂ ਅਸੀਂ ਉਹ ਸਮਾਂ ਨੂੰ ਜਿਵੇਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਵੱਖ ਵੱਖ ਲੇਖਕਾਂ ਦੇ ਨਾਲ ਰੂਬਰੂ ਕਰਦੇ ਹਾਂ ਕਿਤਾਬਾਂ ਦੇ ਉੱਤੇ ਗੋਸ਼ਟੀਆਂ ਹੁੰਦੀਆਂ ਨੇ ਔਰ ਸਾਲਾਨਾ ਸਮਾਗਮ ਅਸੀਂ ਸਾਲ ਦੇ ਅਖੀਰ ਦੇ ਵਿੱਚ ਕਰਦੇ ਹਾਂ ਉਹ ਹੁਣ ਅਕਤੂਬਰ ਦੇ ਵਿੱਚ ਅਸੀਂ 30 ਅਕਤੂਬਰ ਨੂੰ ਕਰਵਾ ਕੇ ਹਟੇ ਹਾਂ ਉਹਦੇ ਵਿੱਚ ਅਸੀਂ 4 ਜਾਂ 5 ਸ਼ਖਸੀਅਤਾਂ ਸਾਹਿਤ ਕਲਾਕਾਰ ਜਾਂ ਵੱਖ ਵੱਖ ਖੇਤਰਾਂ ਦੀਆਂ ਉਹਨਾਂ ਨੂੰ ਚੁਣਦੇ ਉਹਨਾਂ ਨੂੰ ਸਨਮਾਨ ਪੱਤਰ ਔਰ ਸਮਾਗਮ ਵੱਡੀ ਪੱਧਰ 'ਤੇ ਕਰਵਾਇਆ ਜਾਂਦਾ ਤੇ ਲਗਾਤਾਰ ਸਾਡੀਆਂ ਸਰਗਰਮੀਆਂ ਚੱਲਦੀਆਂ ਰਹਿੰਦੀਆਂ ਮੀਟਿੰਗਾਂ ਹੁੰਦੀਆਂ ਨੇ ਕਵੀ ਦਰਬਾਰ ਹੁੰਦੇ ਨੇ ਬਸ ਕੰਮ ਕਰ ਰਹੇ ਹਾਂ ਜੀ ਲਗਾਤਾਰ ਕੰਮ ਕਰ ਰਹੇ ਨੇ ਜੀ 32 ਸਾਲ ਦਾ ਸਮਾਂ ਜਿਹੜਾ ਆ ਬੜਾ 3 ਦਹਾਕੇ ਜੇ ਤੁਸੀਂ ਕਹਿੰਦੇ ਨਾ ਮੂੰਹ ਫੁੱਲ ਜਾਂਦਾ 3 ਦਹਾਕੇ ਕਹਿਣ ਲੱਗਿਆ ਸੋ 3 ਦਹਾਕੇ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਆ ਉਹ ਪੰਜਾਬੀ ਸਾਹਿਤ ਸਭਾ ਚੁਗਾਵਾਂ ਰਜਿਸਟਰਡ ਹੈ ਔਰ ਉਹਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਪੰਜਾਬੀ ਸਾਹਿਤ ਪ੍ਰਤੀ ਔਲਖ ਸਾਹਿਬ ਨੂੰ ਦਿੱਤੀਆਂ ਜਾ ਰਹੀਆਂ ਨੇ ਔਲਖ ਸਾਹਿਬ ਇੱਕ ਜਿਵੇਂ ਤੁਸੀਂ ਕੁਝ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਆ ਜੀ ਜੀ ਤੇ ਕੁਝ ਤੁਸੀਂ ਲਿਖੀਆਂ ਵੀ ਆ ਪਹਿਲਾਂ ਆਪਾਂ ਸੰਪਾਦਨਾ ਵਾਲੀ ਗੱਲ ਕਰਦੇ ਹਾਂ ਵੀ ਸੰਪਾਦਨ ਦੇ ਵਿੱਚ ਤੁਸੀਂ ਕਿਹੜੀਆਂ ਕਿਤਾਬਾਂ ਜਿਹੜੀਆਂ ਸੀ ਉਹ ਕੀਤੀਆਂ ਸੀ? ਸਭ ਤੋਂ ਪਹਿਲਾਂ ਅਸੀਂ ਪੰਜਾਬੀ ਸਹਿਤ ਸਭਾ ਚੁਗਾਵਾਂ ਵੱਲੋਂ ਇੱਕ ਕਿਤਾਬ ਸੰਪਾਦਨਾ ਕੀਤੀ ਸੀ ਉਹ ਸਾਡੇ ਸਹਿਤ ਸਭਾ ਦੇ ਨਾਲ ਜੁੜੇ ਹੋਏ ਸਾਰੇ ਮੈਂਬਰ ਉਹਨਾਂ ਦੀ ਰਚਨਾਵਾਂ ਲੈ ਕੇ ਨਵੀਂ ਰੋਸ਼ਨੀ ਇੱਕ ਕਿਤਾਬ ਅਸੀਂ ਜਿਹੜੀ ਪਹਿਲੀ ਰਿਲੀਜ਼ ਕੀਤੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਉਹਦੇ ਜਿਹੜੇ ਕਰਤਾ ਧਰਤਾ ਮੁੱਖ ਸੰਚਾਲਕ ਚੇਅਰਮੈਨ ਜਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਔਰ ਪਿਛਲੇ ਸਮੇਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਉਹਨਾਂ ਨਾਲ ਮੇਰੀ ਦੋਸਤੀ ਹੋ ਗਈ ਤੇ ਉਹਨਾਂ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਇਤਿਹਾਸ ਬੋਲਦਾ ਹੈ ਉਹ ਮੈਗਜ਼ੀਨ ਦਾ ਮੁੱਖ ਸੰਪਾਦਕ ਅੱਜ ਵੀ ਮੈਂ ਹਾਂ ਪਿਛਲੇ 5-6 ਸਾਲ ਤੋਂ ਮੈਗਜ਼ੀਨ ਚੱਲ ਰਿਹਾ ਤੇ ਉਸੇ ਸੰਸਥਾ ਦੀਆਂ ਜਿਹੜੀਆਂ ਦੋ ਕਿਤਾਬਾਂ ਮੈਂ
ਜਿਹੜੀਆਂ ਸੰਪਾਦਨਾ ਕੀਤੀਆਂ ਇਤਿਹਾਸ ਬੋਲਦਾ ਹੈ ਅਤੇ ਇੱਕ ਕਿਤਾਬ ਹੋਰ ਆ ਰੰਗਰੇਟੇ ਸਿੱਖਾਂ ਦਾ ਇਤਿਹਾਸ ਜੀ ਠੀਕ ਹੈ ਅਤੇ ਉਹ ਸੰਪਾਦਨਾ ਮੈਂ ਇੱਦਾਂ ਤਿੰਨ ਕਿਤਾਬਾਂ ਕੀਤੀਆਂ ਅਤੇ ਇਸੇ ਤਰ੍ਹਾਂ ਸੰਪਾਦਨਾ ਦਾ ਜਿਹੜਾ ਕਾਰਜ ਹੈ ਇਸ ਮੈਗਜ਼ੀਨ ਦੇ ਨਾਲ ਨਾਲ ਸਹਿ ਸਭਾ ਚੁਗਾਵਾਂ ਵੱਲੋਂ ਵੀ ਇੱਕ ਮੈਗਜ਼ੀਨ ਅਸੀਂ ਨਵੀਂ ਰੋਸ਼ਨੀ ਉਹ ਪ੍ਰਕਾਸ਼ਿਤ ਕਰਦੇ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਅਤੇ ਹੁਣ ਨਵਾਂ ਤਾਂ ਨਹੀਂ ਕੋਈ ਅੰਕ ਉਹਦਾ ਕੀਤਾ ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਮੈਗਜ਼ੀਨ ਰਾਗ ਜਿਹਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਅਮੈਰੀਕਾ ਦੇ ਵਿੱਚ ਬੈਠੇ ਨੇ ਉਸ ਮੈਗਜ਼ੀਨ ਦਾ ਮੈਂ ਸ਼ੁਰੂ ਤੋਂ ਹੀ ਪ੍ਰਬੰਧਕੀ ਸੰਪਾਦਕ ਵਜੋਂ ਉਹਦੇ ਜਿਹੜੇ ਕਾਰਜ ਉਹ ਮੈਂ ਕਰ ਰਿਹਾ ਬਿਲਕੁਲ ਅਸੀਂ ਜਿਹੜੇ ਵੱਖ ਵੱਖ ਮੈਗਜ਼ੀਨ ਇਹਨਾਂ ਵੱਲੋਂ ਸੰਪਾਦਕ ਕੀਤੇ ਜਾ ਰਹੇ ਆ ਉਹਦੇ ਬਾਰੇ ਵੀ ਹੋਰ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਇੱਕ ਮੇਰਾ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ ਸੀ ਵੀ ਇਹ ਜਿਹੜੀ ਸੰਪਾਦਨ ਕਲਾ ਹੁੰਦੀ ਹੈ ਇਹ ਲੇਖਣ ਕਲਾ ਨਾਲ ਥੋੜ੍ਹੀ ਵੱਖਰੀ ਹੁੰਦੀ ਹੈ ਇਹਦੇ ਵਿੱਚ ਕਿੰਨੀਆਂ ਕੁ ਚੁਣੌਤੀਆਂ ਹੁੰਦੀਆਂ ਚੁਣੌਤੀਆਂ ਤਾਂ ਹੁੰਦੀਆਂ ਜੀ ਦੇਖੋ ਇੱਕ ਤਾਂ ਆਪਾਂ ਕਿਸੇ ਬੰਦੇ ਨੂੰ ਉਹੋ ਜਿਹੀ ਸ਼ਖਸੀਅਤ ਨੂੰ ਲੱਭਣਾ ਜਿਹਦੀ ਰਚਨਾ ਲੋਕਾਂ ਦੇ ਵਿੱਚੋਂ ਬਿਲਕੁਲ ਵਿਸ਼ਾ ਮਾਰ ਲੱਭਣਾ ਪੈਂਦਾ ਔਰ ਵੱਖ ਵੱਖ ਖੇਤਰਾਂ ਦੇ ਬੰਦਿਆਂ ਨੂੰ ਇਕੱਠਿਆਂ ਕਰਕੇ ਅਤੇ ਉਹਨੂੰ ਇੱਕ ਰੂਪ ਦੇ ਵਿੱਚ ਇੱਕ ਮੈਗਜ਼ੀਨ ਦੇ ਵਿੱਚ ਇਕੱਠਿਆਂ ਕਰਨਾ ਅਤੇ ਚੁਣੌਤੀਆਂ ਤਾਂ ਹੁੰਦੀਆਂ ਬਹੁਤ ਸਾਰੇ ਜਿਹੜੇ ਆ ਲੇਖਕ ਆ ਉਹ ਰਚਨਾ ਦੇਣ ਨੂੰ ਵੀ ਤਿਆਰ ਨਹੀਂ ਹੁੰਦੇ ਕਈ ਨਾਰਾਜ਼ ਵੀ ਹੁੰਦੇ ਆ ਜਿਨ੍ਹਾਂ ਦੀ ਰਚਨਾ ਨਹੀਂ ਲੱਗਦੀ ਉਹ ਨਾਰਾਜ਼ ਵੀ ਹੁੰਦੇ ਨੇ ਅਤੇ ਬਹੁਤ ਸਾਰੀਆਂ ਕੱਚ ਘਰੜ ਕਈ ਵਾਰੀ ਰਚਨਾਵਾਂ ਆਉਂਦੀਆਂ ਅਤੇ ਉਹ ਸਾਨੂੰ ਪਾਸੇ ਵੀ ਕਰਨੀਆਂ ਪੈਂਦੀਆਂ ਅਤੇ ਚੁਣੌਤੀਆਂ ਤਾਂ ਹੁੰਦੀਆਂ ਨਾਰਾਜ਼ਗੀਆਂ ਵੀ ਹੁੰਦੀਆਂ ਔਰ ਬਹੁਤ ਸਾਰੇ ਮਿੱਤਰ ਜਿਹੜੇ ਆ ਉਹ ਖੁਸ਼ ਵੀ ਅਸੀਂ ਕਰਦੇ ਹਾਂ ਅਤੇ ਚਲੋ ਠੀਕ ਹੈ ਉਹ ਕਿਉਂਕਿ ਇੱਕ ਕਈ ਵਾਰ ਹੁੰਦਾ ਜੇ ਬੰਦਾ ਤੁਰਦਾ ਆ ਜੀ ਜੀ ਅਤੇ ਜੇ ਕੋਈ ਉਦੋਂ ਉਂਗਲ ਫੜ ਕੇ ਤਾਂ ਉਹਨੂੰ ਚੰਗੇ ਰਸਤੇ ਪਾਇਆ ਜਾ ਕਿਉਂਕਿ ਸਾਹਿਤ ਵੱਲ ਤੁਰਦਾ ਮੈਨੂੰ ਲੱਗਦਾ ਵੀ ਇੱਕ ਵਧੀਆ ਸਫ਼ਰ ਸ਼ੁਰੂ ਕਰਦਾ ਜਿਵੇਂ ਸੰਪਾਦਨਾ ਦਾ ਕਾਰਜ ਹੈ ਇਸੇ ਤਰ੍ਹਾਂ ਆਪਾਂ ਜਦੋਂ ਸਟੇਜ ਸੰਚਾਲਨ ਕਰਦੇ ਹਾਂ ਨਾ ਅਤੇ ਉੱਥੇ ਵੀ ਬਹੁਤ ਸਾਰੇ ਜਿਹਨੂੰ ਮੌਕਾ ਨਾ ਮਿਲਿਆ ਹੋਵੇ ਉਹ ਨਾਰਾਜ਼ ਹੋ ਜਾਂਦੇ ਨੇ ਮਿੱਤਰ ਅਤੇ ਉਹ ਬਹੁਤ ਸਾਰੀਆਂ ਸਟੇਜਾਂ ਵੀ ਅਸੀਂ ਜਿਵੇਂ ਆਪਣੇ ਸਮਾਗਮਾਂ ਦੀਆਂ ਜਾਂ ਹੋਰ ਵੀ ਕਰਨੀਆਂ ਪੈਂਦੀਆਂ ਅਤੇ ਇਸੇ ਤਰ੍ਹਾਂ ਨਾਰਾਜ਼ਗੀਆਂ ਵੀ ਹੁੰਦੀਆਂ ਚਲੋ ਖੁਸ਼ ਵੀ ਹੁੰਦੇ ਆ ਬੰਦੇ ਬਿਲਕੁਲ ਇਹ ਵੀ ਚਲੋ ਇਹ ਕਹਿੰਦੇ ਨੇ ਵੀ ਜ਼ਿਆਦਾ ਮਿੱਠਾ ਵੀ ਨਹੀਂ ਹੋਣਾ ਚਾਹੀਦਾ ਜ਼ਿਆਦਾ ਲੂਣ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਬੈਲੈਂਸ ਨਾਲ ਸਾਰੇ ਮੈਂ ਸਮਝਦਾ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਤੁਸੀਂ ਕਲਾ ਦੇ ਨਾਲ ਜੁੜੇ ਹੋਏ ਆ ਸਾਹਿਤ ਦੇ ਨਾਲ ਜੁੜੇ ਹੋਏ ਆ ਤਾਂ ਇੰਨੀ ਕੁ ਸਾਡੇ ਅੰਦਰ ਉਹ ਸਹਿਣਸ਼ੀਲਤਾ ਹੋਣੀ ਚਾਹੀਦੀ ਵੀ ਇਸ ਵਾਰ ਨਹੀਂ ਅਗਲੀ ਵਾਰੀ ਕਿਉਂਕਿ ਜਿਹੜਾ ਬੰਦਾ ਇੱਕ ਜ਼ਿੰਮੇਵਾਰ ਅਹੁਦੇ ਉੱਤੇ ਹੁੰਦਾ ਉਹਨੂੰ ਵੀ ਇੱਕ ਖਿਆਲ ਵਿੱਚ ਉਹਦੇ ਹੁੰਦਾ ਵੀ ਆ ਉਹ ਬੰਦਾ ਰਹਿ ਗਿਆ ਜਾਂ ਉਹਨੂੰ ਸਮਾਂ ਦੇਣਾ ਜਾਂ ਉਹਦੀ ਰਚਨਾ ਨੂੰ ਮੌਕਾ ਦੇਣਾ ਆ ਪਰ ਬਹੁਤ ਸਾਰੀ ਮਜਬੂਰੀਆਂ ਹੁੰਦੀਆਂ ਵਾ ਥਾਂ ਸੀਮਤ ਹੁੰਦੀ ਹੈ ਰਸਾਲਿਆਂ ਦੇ ਵਿੱਚ ਅਤੇ ਸਟੇਜ ਉੱਤੇ ਸਮਾਂ ਸੀਮਤ ਹੁੰਦਾ ਆ ਬਿਲਕੁਲ ਉਹ ਮੁਸ਼ਕਿਲਾਂ ਨੂੰ ਵੀ ਜਿਹੜਾ ਆ ਨਾਲ ਦੀ ਨਾਲ ਸਾਰਿਆਂ ਨੂੰ ਮੈਂ ਸਮਝਦਾ ਅਤੇ ਸਮਝਣਾ ਚਾਹੀਦਾ ਆ ਉਸ ਤੋਂ ਬਾਅਦ ਵਾਲ ਸਾਹਿਬ ਤੁਹਾਡੀ ਕਿਤਾਬ ਜਿਹੜੀ ਇੱਕ ਸੀਗੀ ਸਿਰਜਕਾ ਸੰਵਾਦ ਜੀ ਇਹ ਖਿਆਲ ਕਿੱਦਾਂ ਆਇਆ ਕਿਤਾਬ ਲਿਖਣ ਦਾ ਕਿਉਂਕਿ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਦਸਤਾਵੇਜ਼ ਹੈ ਹਨਾ ਕਿਤਾਬ ਲਿਖਣੀ ਵੀ ਉਹਨਾਂ ਦਾ ਫਿਰ ਵੀ ਕਿਤੇ ਸੌਖਾ ਹੈ ਵੀ ਤੁਹਾਡੇ ਖਿਆਲਾਤ ਨੇ ਤੁਸੀਂ ਕੁਛ ਘਟਨਾਵਾਂ ਦੇਖੀਆਂ ਨੇ ਤੁਸੀਂ ਪਲਾਟ ਤਿਆਰ ਕਰਦੇ ਆ ਪਾਤਰ ਬਣਾਉਂਦੇ ਆ ਉਸਾਰੀ ਕਰਦੇ ਹੋ ਲਿਖ ਦਿੰਦੇ ਆ ਪਰ ਵੱਖ ਵੱਖ ਥਾਵਾਂ 'ਤੇ ਜਾ ਕੇ ਇੰਡੀਵਿਜੁਅਲੀ ਵਿਅਕਤੀਗਤ ਤੌਰ 'ਤੇ ਸਭ ਨੂੰ ਮਿਲਣਾ ਹਨਾ ਉਹਨਾਂ ਨੂੰ ਪਹਿਲਾਂ ਪ੍ਰੋਜੈਕਟ ਬਾਰੇ ਦੱਸਣਾ ਫਿਰ ਸਵਾਲਾਤ ਹੋਣੇ ਇਹਦੇ ਵਿੱਚ ਕਿੰਨੀ ਕੁ ਚੁਣੌਤੀ ਸੀ ਜਾਂ ਇਹ ਖਿਆਲ ਤੁਹਾਡੇ ਮਨ ਵਿੱਚ ਕਿੱਦਾਂ ਵੀ ਮੈਂ ਇਹ ਕੰਮ ਕਰ ਲਵਾਂ ਕਿਉਂਕਿ ਜਦੋਂ ਮੈਂ ਉਹਦੇ ਵਿੱਚ ਦੇਖਿਆ ਨਾ ਜਿੱਦਾਂ ਸਥਾਪਨਾ ਕੀਤੀ ਉਦੋਂ ਹੀ ਨਾਲ ਹੀ ਮੇਰੇ ਪੱਤਰਕਾਰੀ ਦਾ ਸਫ਼ਰ ਸ਼ੁਰੂ ਹੋ ਗਿਆ ਅੱਛਾ ਠੀਕ ਹੈ ਕਿਉਂਕਿ ਮੁਖਤਾਰ ਗਿੱਲ ਹੋਰੀ ਜਿੱਥੇ ਕਹਾਣੀਕਾਰ ਸਨ ਜੀ ਉੱਥੇ ਉਸ ਸਮੇਂ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਅਜੀਤ ਦੇ ਪੱਤਰਕਾਰ ਵੀ ਚਗਾਵਾਂ ਤੋਂ ਉਹ ਸਨ ਬਹੁਤ ਵਧੀਆ ਠੀਕ ਤੇ ਉਹਨਾਂ ਦੇ ਨਾਲ ਲਾ ਕੇ ਉਹਨਾਂ ਦੀ ਉਂਗਲੀ ਫੜ ਕੇ ਸਹਿਤ ਤੇ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ ਠੀਕ ਹੈ 1990 ਦੇ ਵਿੱਚ ਅਸੀਂ ਅੱਜ ਦੀ ਆਵਾਜ਼ ਅਖ਼ਬਾਰ ਅੱਜ ਵੀ ਚੱਲ ਰਹੀ ਆ ਹਾਂ ਚੱਲਦੀ ਹੈ ਜਸਵੀਰ ਸਿੰਘ ਰੋਡੇ ਉਹਦੇ ਜਿਹੜੇ ਕਰਤਾ ਧਰਤੇ ਨੇ ਤੇ ਉਹਦੇ ਵਿੱਚ ਪੱਤਰਕਾਰੀ ਸ਼ੁਰੂ ਕੀਤੀ ਜੀ ਤੇ ਨਾਲ ਹੀ ਨਵਾਂ ਜ਼ਮਾਨਾ ਅਖ਼ਬਾਰ ਦੇ ਵਿੱਚ ਕੋਈ ਨਿੱਕੀਆਂ ਮੋਟੀਆਂ ਰਚਨਾਵਾਂ ਆਪਾਂ ਦੇ ਦੇਣੀਆਂ ਦਫ਼ਤਰ ਜਾਣਾ ਤੇ ਉੱਥੇ ਬਲਬੀਰ ਪਰਵਾਨਾ ਜੀ ਸਹਿਤ ਦੇ ਸੰਪਾਦਕ ਸਨ ਬੜਾ ਵੱਡਾ ਨਾਂ ਉਹਨਾਂ ਦਾ ਵੀ ਸਹਿਤ ਦੇ ਵਿੱਚ ਬਿਲਕੁਲ ਬਿਲਕੁਲ ਉਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਹਿੰਦੇ ਕੁਝ ਲੇਖਕਾਂ ਦੀਆਂ ਇੰਟਰਵਿਊਆਂ ਕਰਕੇ ਭੇਜ ਪਹਿਲੀ ਇੰਟਰਵਿਊ ਅੰਮ੍ਰਿਤਸਰ ਦੇ ਸਾਡੇ ਗਜ਼ਲਗੋ ਹੋਏ ਨੇ ਖੁਸ਼ਵੰਤ ਕੰਵਲ ਉਹ ਪਿਛਲੇ ਸਮੇਂ ਦੇ ਵਿੱਚ ਵਿਛੜ ਗਏ ਨੇ ਸਾਡੇ ਤੋਂ ਔਰ ਸਭ ਤੋਂ ਪਹਿਲਾਂ ਮੈਂ ਨਵਾਂ ਜ਼ਮਾਨਾ ਵਾਸਤੇ ਉਹਨਾਂ ਦੀ ਇੰਟਰਵਿਊ ਉਹਨਾਂ ਦੇ ਘਰ ਜਾ ਕੇ 2 ਦਿਨ ਮੈਂ ਜਾਂਦਾ ਰਿਹਾ ਉਹ ਇੰਟਰਵਿਊ ਕੰਪਲੀਟ ਕੀਤੀ ਇਸੇ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਪ੍ਰੋਫੈਸਰ ਸਹਿੰਦਰਵੀਰ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਜਾਂ ਕਦੇ ਇੱਥੇ ਆ ਜਾਂਦੇ ਨੇ ਅਮਰੀਕਾ 'ਚ ਰਹਿੰਦੇ ਜ਼ਿਆਦਾ ਉਹਨਾਂ ਦੀ ਇੰਟਰਵਿਊ ਕੀਤੀ ਉਹ ਤਾਂ ਮੇਰੇ ਕੋਲ ਆ ਪਹੁੰਚ ਕੇ ਮੈਂ ਜਿਹੜੀ ਜਗ੍ਹਾ 'ਤੇ ਬੁਲਾਇਆ ਔਰ 2 ਵਾਰੀਆਂ ਦੇ ਵਿੱਚ ਇੰਟਰਵਿਊ ਕੀਤੀ ਠੀਕ ਹੈ ਕਰੋਨਾ ਕਾਲ ਦੇ ਵਿੱਚ ਉਮਾ ਗੁਰਬਖਸ਼ ਸਿੰਘ ਜਦੋਂ ਕਿ ਬਹੁਤ ਸਾਰਾ ਕੁਝ ਉਥਲ ਪੁਥਲ ਹੋਇਆ ਪਿਆ ਸੀ ਪਾਬੰਦੀਆਂ ਸੀ ਬਹੁਤ ਸਾਰੀਆਂ ਅਤੇ ਮੈਂ ਵਿਚਾਰ ਕੀਤਾ ਉਹਨਾਂ ਨਾਲ ਇੰਟਰਵਿਊ ਕਰਨ ਦਾ ਉਸ ਸਮੇਂ ਮੈਂ ਸਵਾਲ ਲਿਖ ਕੇ ਉਹਨਾਂ ਨੂੰ ਫਿਰ ਭੇਜੇ ਆਪ ਜਾ ਕੇ ਅਤੇ ਉਹਨਾਂ ਦੇ ਭਰਾ ਹਿਰਦੇਪਾਲ ਹੋਰਾਂ ਨੇ
मतलब इतों तक भी एक दूजे को हाथ भी नहीं हिलाते, उन्हें गेट उत्तों ही पेपर फड़ ले तो सवाल सवाल रख ले, तो फिर कुछ दिन बाद उन्होंने उन्होंने जवाब जोड़े वो दिते, तो वो इंटरव्यू अजे छपनी सी उस तो पहला उन्हों की 15 दिनों मौत हो गई। और मैं समझदा भी वह बड़ा आखिरी इंटरव्यू बड़ा वाला दस्तावेज पढ़ी। हाँ मैं बड़ी दिलकश लगी। हाँ फिर इस तरह हिरदेपाल होर मुख्तार गिल निर्मल अर्पण बखतावर सिंह साढ़े जिहड़े वड्डे शहर ने और वड्डे अफसर दे अहुदियां तों रिटायर होए ने ए डी सी वगैरह, तो उन्हां दी इंटरव्यू कीतियां। परमिंदर जीत बहुत वड्डे शहर ने और विछड़ चुके ने, कहानीकार दलबीर चेतन, इन्हां सारियां इंटरव्यूआं नूं मैं इकट्ठा किया, फिर वह मैगजीनां दे विच राग दे विच छपियां, बाकी अखबारां दे विच वी छपियां, नवां जमाना च वी छपियां। तो फिर मैं समझा भी इन किताबी रूप दे विच सामना बहुत जरूरी, अखबारों नूं लंबा समा नहीं संभाल सकते असी। तो फिर मेरे जिहड़े कोई तुहानूं पता ही आ जिवें चुनौतियां आउंदियां वा बंदे नूं जिहड़ा मेहनत मजदूरी करन वाला होवे, छोटे मोटे आमदन बहुती ना होवे, आर्थिकता। हाँ कोविड दा ओह समां वी इदां दा सी, उस तों बाद हर हर खेत्र विच इंपैक्ट पिया उस। हाँ फिर मेरे ओह दोस्त जिहड़े राग मैगजीन नाल जुड़े हुए ने, मुख संपादक इंद्रजीत पुरेवाल और अजय तनवीर, उन्होंने मेरा सहयोग किया, तो मेरी वो जी किताब है वो छप के आई, तो बड़ा चंगा हुंगारा उन्होंने मिले लेखकों के बहुत वधिया भी समझते ने भी कोई जो चज का काम होया दस्तावेज बिल्कुल लंबी उम्र है, क्योंकि अज भी असं प्रीतलड़ी साहब की किताबा पढ़ते हैं जिहड़े जिहड़े लेखक नहीं रहे। हाँ जी अपनी जिहड़ी उम्र भोग के परमात्मा दे हुक्म दे विच चले गए, पर और जिहड़ी चीज सांभी हुई है जां ओह लिख के दे गई है जां उन्हां बारे जो लिखिया आ ओह तां हमेशा कीमती ही रहिंदा है, बिल्कुल वैल्यू रहिंदी हमेशा ही। ਔਰ ਸਾਹਿਬ ਤੁਸੀਂ ਵੱਖ ਵੱਖ ਜਿਹੜੇ ਰਸਾਲੇ ਆ ਉਹਨਾਂ ਦੇ ਬਤੌਰ ਸੰਪਾਦਕ ਰਹੇ ਵੀ ਹੋ ਔਰ ਸੰਪਾਦਨਾ ਕਰ ਵੀ ਰਹੇ ਹੋ ਜੀ, ਔਰ ਇੱਕ ਵੱਡੇ ਮੈਗਜ਼ੀਨ ਦੇ ਨਾਲ ਰਾਗ ਦੇ ਨਾਲ ਤੁਸੀਂ ਜੁੜੇ ਹੋਏ ਹੋ, ਕਿੱਦਾਂ ਦੀ ਭੂਮਿਕਾ ਲੱਗਦੀ ਆ? ਕਿਉਂਕਿ 2 ਕੁ ਦਹਾਕੇ ਪਿੱਛੇ ਚੱਲਦੇ ਆਪਾਂ, ਤੇ ਬੜਾ ਸਮਾਂ ਹੁੰਦਾ ਸੀਗਾ ਬਹੁਤ ਸਾਰੇ ਮੈਗਜ਼ੀਨ, ਦਰਜਨਾਂ ਨਾਮ ਤਾਂ ਮੇਰੇ ਦਿਮਾਗ ਦੇ ਵਿੱਚ ਹੈਗੇ ਆ, ਮੇਰੇ ਆਪਣੇ ਮੈਨੂੰ ਪਤਾ ਛਪਦੇ ਰਹੇ ਉਹਨਾਂ ਵਿੱਚ ਆਰਟੀਕਲ ਕਹਾਣੀਆਂ ਵਗੈਰਾ। ਅੱਜ ਕਿੱਦਾਂ ਦਾ ਹੈਗਾ ਰੁਝਾਨ ਲੋਕਾਂ ਦਾ? ਕਿਤੇ ਨਾ ਕਿਤੇ ਜਿਹੜਾ ਉਹ ਕਾਫੀ ਘਟਿਆ, ਬਹੁਤ ਸਾਰੇ ਮੈਗਜ਼ੀਨ ਬੰਦ ਹੋ ਗਏ ਆ। ਬਿਲਕੁਲ ਤੁਸੀਂ ਇੱਕ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ, ਇਹ ਫਿਰ ਕਿੱਦਾਂ ਸਾਰਾ ਕੁਛ ਜਿਹੜਾ ਇਹਨੂੰ ਬੈਲੈਂਸ ਕਰ ਰਹੇ ਆ? ਉਹ ਇੰਝ ਆ ਜੀ, ਉਸ ਸਮੇਂ ਦੀ ਜੇ ਗੱਲ ਕਰਦੇ ਹਾਂ ਤੇ ਪਾਠਕ ਬਹੁਤ ਜ਼ਿਆਦਾ ਸਨ, ਜ਼ਿਆਦਾ ਸੀਗੇ। ਹੁਣ ਪ੍ਰੀਤ ਲੜੀ ਦੀ ਆਪਾਂ ਗੱਲ ਕਰਦੇ ਹਾਂ, ਪ੍ਰੀਤ ਲੜੀ ਦੇ ਨਾਲ ਸੰਬੰਧਿਤ ਜਿਹੜੇ ਸਾਡੇ ਹੈਗੇ ਨੇ ਜਿਵੇਂ ਉਮਾ ਗੁਰਬਖਸ਼ ਸਿੰਘ ਨੇ, ਸਰਦਾਰ ਗੁਰਬਖਸ਼ ਸਿੰਘ ਉਹਨਾਂ ਦੀ ਵੱਡੀ ਬੇਟੀ, ਔਰ ਖਾਸੀਅਤ ਇਹ ਵੀ ਉਹ ਰੰਗਮੰਚ ਦੀ ਪਹਿਲੀ ਅਭਿਨੇਤਰੀ ਦੇ ਤੌਰ 'ਤੇ ਉਹ ਸਾਹਮਣੇ ਆਏ ਨੇ ਜੀ, ਠੀਕ ਹੈ। ਅਤੇ ਉਹਨਾਂ ਉਹ ਉਸੇ ਨਾਲ ਨਾਲ ਹਿਰਦੇਪਾਲ ਸਿੰਘ ਉਹਨਾਂ ਦੇ ਛੋਟੇ ਭਰਾ, ਉਹ ਅੱਜ ਵੀ ਪ੍ਰੀਨਗਰ ਦੇ ਵਿੱਚ ਰਹਿੰਦੇ ਨੇ। ਪੂਨਮ ਜੀ ਜਿਹੜੇ ਨੇ ਉਹ ਜਿਹੜੇ ਪੋਤਰੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਵੀ ਸੁਮੀਤ ਹੋਰਾਂ ਦੀ, ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਪੋਤਰੇ, ਉਹਨਾਂ ਦੇ ਮਿਸਿਜ ਨੇ ਪੂਨਮ ਪੂਨਮ ਸਿੰਘ ਜਿਹੜੇ ਅੱਜ ਕੱਲ੍ਹ ਪ੍ਰੀਤ ਲੜੀ ਚਲਾ ਰਹੇ ਨੇ। ਉਹ ਇੱਕ ਦੌਰ ਸੀ ਜਦੋਂ ਇੰਟਰਵਿਊਆਂ ਦੇ ਵਿੱਚ ਉਹ ਕਿਤਾਬ ਦੇ ਵਿੱਚ ਪੜ੍ਹਾਂਗੇ ਤਾਂ ਸਾਹਮਣੇ ਆਉਂਦਾ, ਗੱਡਿਆਂ ਦੇ ਉੱਤੇ ਉਹ ਮੈਗਜ਼ੀਨ ਜਿਹੜੇ ਆ ਪੈਕ ਕਰਕੇ ਟਿਕਟਾਂ ਲਾ ਕੇ ਡਾਕ 'ਚ ਪਾਉਣ ਲਈ ਲੈ ਕੇ ਜਾਂਦੇ ਸੀ, ਤੇ ਅੱਜ ਬੰਦਾ ਹੱਥ 'ਚ ਫੜ ਕੇ ਮੈਗਜ਼ੀਨ ਲੈ ਜਾਂਦਾ ਵੀ ਇਹ ਡਾਕ 'ਚ ਆਪਾਂ ਭੇਜਣੇ ਆ। ਇਹ ਫਰਕ ਆ, ਪਾਠਕ ਵਰਗ ਇੰਨਾ ਵੱਡਾ ਸੀ, ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਨੇ ਜਿਹੜੇ ਪਾਠਕਾਂ ਦੀ ਜਿਹੜੀ ਘਾਟ ਪੈਦਾ ਕੀਤੀ ਆ, ਜਾਂ ਵੰਡ ਦਿੱਤਾ ਉਹਨੂੰ, ਹਨਾ ਬਿਲਕੁਲ ਵੰਡੇ ਕਹਿੰਦੇ, ਕਿਉਂਕਿ ਜਿਹੜੀ ਬਿਲਕੁਲ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰੀਏ, ਉਹ ਨਾ ਕਿਤਾਬ ਨੂੰ ਵੇਖਦੇ ਨੇ, ਨਾ ਮੈਗਜ਼ੀਨ ਵੇਖਦੇ ਨੇ, ਅਖਬਾਰ ਨੂੰ ਵੇਖਦੇ, ਤੇ ਨਾ ਅਖਬਾਰ ਨੂੰ ਵੇਖਦੇ ਨੇ, ਸਿਰਫ ਸੋਸ਼ਲ ਮੀਡੀਆ 'ਤੇ ਉਹ ਆਪਣਾ ਸਾਰਾ ਸਮਾਂ ਬਤੀਤ ਕਰ ਰਹੇ ਨੇ। ਇਸ ਕਰਕੇ ਅਸੀਂ ਮਹਿਸੂਸ ਕਰਦੇ ਹਾਂ ਪਾਠਕਾਂ ਦੀ ਜਿਹੜੀ ਘਾਟ ਆ, ਪਰ ਜਿਹੜੇ ਥੋੜ੍ਹੇ ਮਚਿਓਰ ਉਮਰ ਦੇ ਜਾਂ ਸਿਆਣੇ ਆ ਜਾਂ ਬਜ਼ੁਰਗ ਆ ਜਿਨ੍ਹਾਂ ਦਾ ਸਾਹਿਤ ਦੇ ਨਾਲ ਪਹਿਲਾਂ ਤੋਂ ਲਗਾਵ ਆ, ਉਹ ਜ਼ਰੂਰ ਚੰਗੀਆਂ ਕਿਤਾਬਾਂ ਚੰਗੇ ਮੈਗਜ਼ੀਨਾਂ ਨੂੰ ਹੁੰਗਾਰਾ ਦਿੰਦੇ ਨੇ, ਅਤੇ ਇਹਨੂੰ ਬੈਲੈਂਸ ਕਰਨ ਵਾਸਤੇ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ, ਕਿਉਂਕਿ ਕਮਾਈ ਦਾ ਸਾਧਨ ਤਾਂ ਵਾ ਜੇ ਬਹੁਤ ਸਾਰੇ ਪਾਠਕ ਉਹਦੇ ਹੋਣ, ਪੱਕੇ ਪਾਠਕ ਹੋਣ, ਔਰ ਮੈਗਜ਼ੀਨਾਂ ਨੂੰ ਇਸ਼ਤਿਹਾਰ ਵਗੈਰਾ ਮਿਲਦੇ ਹੋਣ। ਸਾਡੇ ਜਿਹੜੇ ਆ ਇਸ਼ਤਿਹਾਰਾਂ ਤੋਂ ਬਗੈਰ ਚੱਲਦੇ ਨੇ ਮੈਗਜ਼ੀਨ, ਔਰ ਸਾਡੇ ਜਿਹੜੇ ਬਾਹਰ ਵਾਲੇ ਅਮੈਰੀਕਾ ਵਾਲੇ ਮਿੱਤਰ ਨੇ ਉਹ ਘਾਟਾ ਵਾਧਾ ਕਰਕੇ ਵੀ ਇਸ ਮੈਗਜ਼ੀਨ ਨੂੰ ਚਲਾ ਰਹੇ ਨੇ, ਉਹ ਸਮਝਦੇ ਨੇ ਆਪਣਾ ਫਰਜ਼ ਸਮਝਦੇ ਨੇ ਮਾਂ ਬੋਲੀ ਵਾਸਤੇ, ਮਾਤ ਭਾਸ਼ਾ ਵਾਸਤੇ, ਇਸ ਕਰਕੇ ਚੱਲ ਰਹੇ ਨੇ। ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਰਸਾਲਿਆਂ ਦਾ, ਅਖਬਾਰਾਂ ਦਾ ਜਾਂ ਕਿਤਾਬਾਂ ਦਾ ਉਹ ਇੱਕ ਬਹੁਤ, ਮੈਂ ਸਮਝਦਾ ਵੀ ਬਹੁਤ ਖੂਬਸੂਰਤ, ਆਪਾਂ ਕਹਿੰਦੇ ਹੁੰਦੇ ਬਈ ਸੌਣ ਯੁੱਗ ਸੀਗਾ ਜਿਹੜਾ, ਉਹ ਸਮਾਂ ਲੰਘਿਆ ਆ ਉਹ ਵਾਲਾ। ਤੇ ਔਰ ਸਾਹਿਬ ਫਿਰ ਜੇ ਆਪਾਂ ਇੱਦਾਂ ਦੇਖਦੇ ਹਾਂ ਵੀ ਪਾਠਕ ਵੰਡੇ ਗਏ ਆ, ਯੂਥ ਸੋਸ਼ਲ ਮੀਡੀਆ ਉੱਤੇ ਆ ਗਿਆ ਆ, ਸੋ ਅਸੀਂ ਸਾਹਿਤ ਨੂੰ ਡਿਜੀਟਲਾਈਜੇਸ਼ਨ ਕਰਨ ਦੇ ਵਿੱਚ
ਕੋਈ ਬਦਲ ਵੇਖ ਰਹੇ ਹਾਂ ਭਵਿੱਖ ਦੇ ਵਿੱਚ ਜਾਂ ਕੁਝ ਸੋਚਿਆ ਜਾ ਰਿਹਾ ਕਿ ਤੁਸੀਂ ਜਿਹੜਾ 32 ਸਾਲ ਤੋਂ ਸਾਹਿਤ ਸਭਾ ਨਾਲ ਜੁੜੇ ਆ ਉਹ ਸਭ ਕੁਝ ਉਸੇ ਤਰ੍ਹਾਂ ਚੱਲ ਰਿਹਾ ਆ ਪਰ ਜੇ ਭਵਿੱਖ ਵਿੱਚ ਹੁਣ ਟ੍ਰੈਂਡ ਚੇਂਜ ਹੋ ਗਿਆ ਆ ਅਸੀਂ ਆਪਣੇ ਨੂੰ ਕਿੱਦਾਂ ਅਪਡੇਟ ਕਰ ਰਹੇ ਹਾਂ ਕੋਈ ਉਹਦੇ ਬਾਰੇ ਕੋਈ ਕੀ ਖਿਆਲਤ ਹੈਗੇ ਨੇ ਜਾਂ ਕੀ ਕੰਮ ਕੀਤਾ ਜਾ ਅਸੀਂ ਜਿਵੇਂ ਕਰ ਰਹੇ ਹਾਂ ਜੀ ਇਹਦੇ ਵਿੱਚ ਜਿਹੜੇ ਤੇ ਚੰਗੇ ਸਾਹਿਤ ਨੂੰ ਜਾਣਨ ਵਾਲੇ ਲੋਕ ਨੇ ਉਹ ਤੇ ਖੁਦ ਸਾਡੇ ਨਾਲ ਤਾਲਮੇਲ ਕਰਦੇ ਨੇ ਸਾਨੂੰ ਆਪਣਾ ਮੈਗਜ਼ੀਨ ਭੇਜੋ ਚੰਦੇ ਭੇਜਦੇ ਨੇ ਜੀ ਇਸ ਤਰ੍ਹਾਂ ਅਸੀਂ ਉਹਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਲੈ ਕੇ ਜਾਂਦੇ ਮੈਗਜ਼ੀਨ ਪੱਕੇ ਤੌਰ ਤੇ ਸਟਾਲਾਂ ਦੇ ਉੱਤੇ ਸਾਡਾ ਮੈਗਜ਼ੀਨ ਲੱਗਿਆ ਉੱਥੋਂ ਪਾਠ ਖਰੀਦਦੇ ਨੇ ਉਡੀਕਦੇ ਨੇ ਬਿਲਕੁਲ ਹੁਣ ਨਵੇਂ ਦੌਰ ਦੇ ਵਿੱਚ ਉਹ ਜਿਵੇਂ ਆਨਲਾਈਨ ਮੈਗਜ਼ੀਨਾਂ ਦੀ ਕਿਤਾਬਾਂ ਦੀ ਵਿਕਰੀ ਹੁੰਦੀ ਆ ਉਸ ਖੇਤਰ ਦੇ ਵਿੱਚ ਵੀ ਹੁਣ ਅਸੀਂ ਪੈਰ ਧਰ ਰਹੇ ਹਾਂ ਔਰ ਆਨਲਾਈਨ ਇਹ ਜਿਹੜੇ ਸਾਡੇ ਮੈਗਜ਼ੀਨ ਹੈ ਉਹ ਮਿਲ ਸਕਣਗੇ ਤੇ ਇਸ ਕਰਕੇ ਹਾਂ ਬਿਲਕੁਲ ਪੜ੍ਹੇ ਵੀ ਜਾ ਸਕਦੇ ਆ ਇਸ ਸਮੇਂ ਦੇ ਨਾਲ ਨਾਲ ਜਿਹੜਾ ਚੱਲਣਾ ਪੈਂਦਾ ਜੇ ਨਹੀਂ ਚੱਲਦੇ ਤੇ ਆਪਾਂ ਬਹੁਤ ਪਛੜ ਜਾਂਦੇ ਹਾਂ ਪਿੱਛੇ ਰਹਿ ਜਾਂਦੇ ਹਾਂ ਤੇ ਇਸ ਢੰਗ ਦੇ ਨਾਲ ਅਸੀਂ ਉਹਨੂੰ ਚਲਾਵਾਂਗੇ ਮਤਲਬ ਇੱਕ ਸਮਾਂ ਜਿਹੜਾ ਆ ਉਹ ਫਟਾਫਟ ਭੱਜਦਾ ਜਾਂਦਾ ਆ ਗੱਲਾਂ ਪਤਾ ਕਰਦੇ ਹਾਂ ਜੀ ਜੀ ਇੱਕ ਨਿੱਜੀ ਜਿਹਾ ਸਵਾਲ ਸੀ ਮੈਂ ਜਾਣਨਾ ਚਾਹੁੰਦਾ ਸੀ ਕਿਉਂਕਿ ਮੈਨੂੰ ਵੀ ਕਈ ਵਾਰੀ ਮਹਿਸੂਸ ਕਰਦਾ ਤੁਸੀਂ ਵੀ ਉਸ ਇਲਾਕੇ ਦੀ ਗੱਲ ਕੀਤੀ ਜੇ ਪ੍ਰੀਤਨਗਰ ਤੋਂ 2 ਕਿਲੋਮੀਟਰ ਤੁਸੀਂ ਕਹਿੰਦੇ ਮੈਂ ਉੱਥੇ ਮੇਰਾ ਜਿਹੜਾ ਰਹਿਣ ਬਸੇਰਾ ਸੀਗਾ ਔਰ ਅਜਨਾਲਾ ਅਜਨਾਲੇ ਤੋਂ ਰਾਵੀ ਤੇ ਨਾਲ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਸਾਡਾ ਲਹਿੰਦਾ ਪੰਜਾਬ ਅਸੀਂ ਕਹੀਏ ਔਰ ਤੁਹਾਡਾ ਪੱਤਰਕਾਰੀ ਦੇ ਖੇਤਰ ਵਿੱਚ ਰਹਿੰਦੇ ਹੋਏ ਤੁਸੀਂ ਕੋਈ ਲੰਮੇ ਸਮਾਂ ਕੰਮ ਕਰ ਰਹੇ ਹੋ ਇੱਕ ਤੁਹਾਡਾ ਪ੍ਰੋਗਰਾਮ ਚੱਲਿਆ ਸੀ ਦਰਦ ਸੰਤਾਲੀ ਦਾ ਉਹਦੇ ਵਿੱਚ ਕਿੰਨਾ ਕੁ ਦਰਦ ਸੀਗਾ ਕਿ ਤੁਸੀਂ ਨਿੱਜੀ ਤੌਰ ਤੇ ਉਹਨਾਂ ਲੋਕਾਂ ਦੇ ਨਾਲ ਮਿਲੇ ਆ ਬਿਲਕੁਲ ਕਿ ਉਹ ਕਦੀ ਆਪਣੇ ਮਨ ਭਰਦਾ ਸੀਗਾ ਜਾਂ ਉਹ ਉਹ ਕਿ ਉਸ ਦਰਦ ਨੂੰ ਆਪਾਂ ਬਿਆਨ ਕਰ ਸਕਦੇ ਹਾਂ ਉਸ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਅਸੀਂ ਜਦੋਂ ਬਜ਼ੁਰਗਾਂ ਨੂੰ ਮਿਲੇ ਆ ਜੀ ਤੇ ਕਈ ਤੇ ਨੋਰਮਲ ਰਹਿ ਕੇ ਗੱਲ ਕਰ ਜਾਂਦੇ ਸੀ ਵੀ ਅਸੀਂ ਆ ਖੇਡਦੇ ਸਾਂ ਇਦਾਂ ਦੇ ਘਰ ਹੁੰਦੇ ਸੀ ਆ ਸਾਡੇ ਯਾਰ ਹੁੰਦੇ ਸੀ ਫਿਰ ਇਦਾਂ ਅਸੀਂ ਗੱਡਿਆਂ ਤੇ ਆ ਗਏ ਜਾਂ ਤੁਰ ਕੇ ਆ ਗਏ ਜਾਂ ਗੱਡੀਆਂ 'ਚ ਆ ਗਏ ਤੇ ਬਹੁਤ ਸਾਰੇ ਬਜ਼ੁਰਗ ਆ ਉਹ ਧਾਹਾਂ ਮਾਰ ਕੇ ਰੋ ਪੈਂਦੇ ਸੀ ਇੰਨਾ ਦਰਦ ਉਹਨਾਂ ਦੇ ਅੰਦਰ ਔਰ ਉੱਥੇ ਮਤਲਬ ਕਹਿ ਸਕਦੇ ਹਾਂ ਵੀ ਸਾਡੀ ਕਲਮ ਵੀ ਰੁਕ ਜਾਂਦੀ ਸੀ ਤੇ ਬਹੁਤ ਦਰਦ ਆ ਉਹ ਬਹੁਤ ਥੋੜੇ ਬਜ਼ੁਰਗ ਰਹਿ ਗਏ ਨੇ ਅਸੀਂ ਬਹੁਤ ਸਾਰੇ ਬਜ਼ੁਰਗਾਂ ਦੇ ਸਰਹੱਦੀ ਖੇਤਰ ਦੇ ਵਿੱਚ ਲੱਭ ਕੇ ਲੋਕਾਂ ਦੇ ਘਰ ਘਰ ਜਾ ਕੇ ਤੇ ਅਸੀਂ ਉਹਨਾਂ ਦੀਆਂ ਇੰਟਰਵਿਊ ਕੀਤੀਆਂ ਔਰ ਸਾਰਾ ਰਿਕਾਰਡ ਜਿਹੜਾ ਵਾ ਉਹ ਦਰਦ 47 ਦਾ ਅਜੀਤ ਵੈਬ ਟੀਵੀ ਦੇ ਉੱਤੇ ਪਿਆ ਹੋਇਆ ਜੀ ਜੀ ਬਹੁਤ ਵਧੀਆ ਕਿਉਂਕਿ ਮੈਂ ਕਹਿੰਦਾ ਕਲਾ ਜਿਹੜੀ ਨਾ ਕਲਾ ਨੂੰ ਹੱਦਾਂ ਸਰਹੱਦਾਂ ਵਿੱਚ ਨਹੀਂ ਬੰਨਣਾ ਚਾਹੀਦਾ ਕਲਾ ਆਜ਼ਾਦ ਹੁੰਦੀ ਹੈ ਔਰ ਕਲਾ ਦਾ ਫਰਜ਼ ਮੈਂ ਸਮਝਦਾ ਕਲਾ ਕਰਦਾ ਵੀ ਉਹ ਇਹ ਹੱਦਾਂ ਸਰਹੱਦਾਂ ਨੂੰ ਖਤਮ ਕਰਕੇ ਆਪਸੀ ਪਿਆਰ ਆਪਸੀ ਭਾਈਚਾਰਕ ਸਾਂਝ ਪੈਦਾ ਕਰ ਸਕੇ ਹਾਂਜੀ ਪੱਟੀ ਸਾਹਿਬ ਜਿਵੇਂ ਇਹਦੇ ਨਾਲ ਇਹ ਵੀ ਗੱਲ ਜੁੜਦੀ ਆ ਵੀ ਉਹ ਲੋਕ ਜਿਹੜੇ ਆ ਉਹ ਅੱਜ ਵੀ ਮਹਿਸੂਸ ਕਰਦੇ ਆ ਵੀ ਉਹ ਜਿਹੜਾ ਦੌਰ ਸੀ ਬਹੁਤ ਚੰਗਾ ਸੀ ਉਹ ਪੁਰਾਣਾ ਸਮਾਂ ਉਹ ਕਹਿੰਦੇ ਅਸੀਂ ਬਹੁਤ ਖੁਸ਼ ਹੋਣਾ ਸੀ ਜੇ ਅਜੇ ਵੀ ਉੱਥੇ ਹੀ ਰਹਿੰਦੇ ਪਾਕਿਸਤਾਨ ਦੇ ਵਿੱਚ ਔਰ ਵੰਡ ਦਾ ਉਹਨਾਂ ਨੂੰ ਬਹੁਤ ਦੁੱਖ ਹੈ ਬਹੁਤ ਮਹਿਸੂਸ ਕਰਦੇ ਹੋ ਬਿਲਕੁਲ ਜੀ ਕੀ ਇੱਕ ਸੁਨੇਹਾ ਮੈਂ ਕਹਿੰਦਾ ਵੀ ਅੱਜ ਆਪਾਂ ਇਸ ਵਿਸ਼ੇ ਉੱਤੇ ਸੁਨੇਹਾ ਦਿਓ ਤੁਹਾਡਾ ਅਸੀਂ ਇੱਕ ਮੈਸੇਜ ਜਿਹੜਾ ਆ ਉਹ ਸਾਡੇ ਦਰਸ਼ਕਾਂ ਤੱਕ ਪਹੁੰਚੇ ਕਿ ਤੁਸੀਂ ਉਸ ਚੀਜ਼ ਨੂੰ ਬੜੀ ਨੇੜਿਓਂ ਮਹਿਸੂਸ ਕੀਤਾ ਹੈ ਆਪਣੇ ਵਡੇਰਿਆਂ ਦੇ ਨਾਲ ਸੰਪਰਕ ਕਰਕੇ ਮੈਨੂੰ ਜੋ ਤੁਹਾਡੇ ਮੈਂ ਉਹ ਵੇਖਦਾ ਨਾ ਦਰਦ 47 ਦਾ ਮੈਨੂੰ ਹਿਸਟੋਰੀਅਨ ਸਾਹਿਬ ਯਾਦ ਆ ਜਾਂਦੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਉਹਨਾਂ ਦਾ ਫੋਕਸ ਇਸ ਗੱਲ 'ਤੇ ਹੁੰਦਾ ਵੀ ਜਿੱਥੋਂ ਕਿਤੋਂ ਪਤਾ ਲੱਗੇ ਵੀ ਵੱਡੀ ਤੋਂ ਵੱਡੀ ਉਮਰ ਦਾ ਬਜ਼ੁਰਗ ਹੈਗਾ ਉਹਦੇ ਕੋਲ ਪਹੁੰਚਿਆ ਜਾਏ ਬਿਲਕੁਲ ਉਹਨੂੰ ਪੁੱਛੇ ਵੀ ਉਸ ਵੇਲੇ ਕਿਹੇ ਹਾਲਾਤ ਸੀਗੇ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਹੁਤ ਸਾਰੀਆਂ ਐਂਟਰੀਆਂ ਇੱਦਾਂ ਗੱਡੀਆਂ ਜਾਂ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਹੜੇ ਬਜ਼ੁਰਗ ਜਿਉਂਦੇ ਸੀਗੇ ਇਹ ਬੜਾ ਇੱਕ ਚੁਣੌਤੀ ਵਾਲਾ ਕੰਮ ਹੁੰਦਾ ਹੈ ਤੁਸੀਂ ਉਹ ਕੰਮ ਕੀਤਾ ਆ ਔਰ 100 ਦੇ ਕਰੀਬ ਐਪੀਸੋਡ ਤਿਆਰ ਕਰਨੇ 100 ਇੰਟਰਵਿਊਜ਼ ਤਿਆਰ ਕਰਨੀਆਂ ਬਹੁਤ ਵੱਡੀਆਂ ਨੇ ਉਹ ਉਸ ਭਾਵ ਦੇ ਵਿੱਚੋਂ ਉਸ ਜਿਹੜਾ ਤੁਹਾਡਾ ਅਨੁਭਵ ਸੀਗਾ ਉਹਦੇ ਵਿੱਚੋਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਭਾਵੇਂ ਕਿ ਉਪਰਾਲਾ ਕੀਤਾ ਹੈ 550 ਸਾਲਾ ਪ੍ਰਕਾਸ਼ ਪੁਰਬ ਤੇ ਜੀ ਜੀ ਇੱਕ ਕੋਰੀਡੋਰ ਬਣਿਆ ਆ ਭਵਿੱਖ ਸੁਨਹਿਰੀ ਵੇਖਦੇ ਹੋ ਵੀ ਇਹਦੇ ਹੱਦਾਂ ਸਰਹੱਦਾਂ ਟੁੱਟਦੀਆਂ ਨੇ ਤੇ ਦੋਵੇਂ ਮੁਲਕ ਕਦੇ ਇੱਕ ਹੁਣ ਦੋਵੇਂ ਪੰਜਾਬ ਕਦੇ ਇੱਕ ਹੁਣ ਕੋਈ ਆਸ ਕਰਦੇ ਹੋ ਇੱਦਾਂ ਦੀ ਕੋਈ ਸੁਨੇਹਾ ਦੋਨਾਂ ਮੁਲਕਾਂ ਦੀ ਆਵਾਮ ਨੂੰ ਔਰ ਉਹਨਾਂ ਦੇ ਵਜ਼ੀਰ ਆਲਮ ਨੂੰ ਦੇਣਾ ਚਾਹੁੰਦੇ ਹੋ ਬਿਲਕੁਲ ਜੀ ਅਸੀਂ ਤਾਂ ਚਾਹੁੰਦੇ ਹਾਂ ਅਸੀਂ ਇਹੋ ਜਿਹੀਆਂ ਸੰਸਥਾਵਾਂ ਦੇ ਨਾਲ ਵੀ ਕੰਮ ਕਰਦੇ ਹਾਂ ਫੋਕਲੋਰ ਰਿਸਰਚ ਅਕੈਡਮੀ ਤੁਸੀਂ ਜਾਣਦੇ ਹੋ ਸਤਨਾਮ ਮਾਨਕ ਜੀ ਔਰ ਕੁਲਦੀਪ ਨਈਅਰ ਹੋਰਾਂ ਨੇ ਉਪਰਾਲਾ ਸ਼ੁਰੂ ਕੀਤਾ ਅੰਮ੍ਰਿਤਸਰ ਦੇ ਵਿੱਚ ਸਾਡੇ ਰਮੇਸ਼ ਜਾਧਵ ਜੀ ਨੇ ਉਹ 14 ਅਗਸਤ ਦੀ ਰਾਤ ਨੂੰ ਸਰਹੱਦ ਤੇ ਜਾ ਕੇ ਰਾਤ 12 ਵਜੇ ਮੋਮਬੱਤੀਆਂ ਬਾਲਦੇ ਨੇ ਕਿਉਂਕਿ ਉਸ ਵੰਡ ਨੇ 10 ਲੱਖ ਪੰਜਾਬੀ ਸਾਡੇ ਕੋਲ ਖੋ ਰਹੇ ਸਨ ਜਿਹੜੇ ਉਸ ਸਮੇਂ ਦੇ ਲੋਕ ਨੇ ਪੁਰਾਣੇ ਬਜ਼ੁਰਗ ਉਹ ਵੀ ਤੇ ਹੁਣ ਨੌਜਵਾਨ ਪੀੜ੍ਹੀ ਵੀ ਚਾਹੁੰਦੀ ਆ ਸਾਡਾ ਜਿਹੜਾ ਵਪਾਰ ਵਧੇ ਇਹ ਸਰਹੱਦਾਂ ਜਿਹੜੀਆਂ ਮਿਟਾ ਦਿੱਤੀਆਂ ਜਾਣ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਉਹਨਾਂ ਦੇ ਵਿੱਚ ਬੇਈਮਾਨੀਆਂ ਉਹ ਅਸੀਂ ਮੈਨੂੰ 3 ਵਾਰ ਪਾਕਿਸਤਾਨ ਜਾਣ ਦਾ ਮੌਕਾ ਵੀ ਮਿਲਿਆ ਉੱਥੋਂ ਮੈਂ ਅਜੀਤ ਵਾਸਤੇ ਜਿਹੜੀ ਕਵਰੇਜ ਵੀ ਕਰਦਾ ਰਿਹਾ 3 ਵਾਰ ਔਰ ਸਾਰੀਆਂ ਖਬਰਾਂ ਮੇਰੀਆਂ ਉੱਥੋਂ ਲੱਗਦੀਆਂ ਰਹੀਆਂ ਤੇ ਉਹ ਇੰਨਾ ਮੋਹ ਕਰਦੇ ਨੇ ਉਹ ਮੈਂ ਛੋਟੀ ਜਿਹੀ ਘਟਨਾ ਸੁਣਾਉਂਦਾ ਇੱਕ ਕਿ ਅਸੀਂ ਉੱਥੋਂ ਲਾਹੌਰ ਤੋਂ ਡੇਰਾ ਸਾਹਿਬ ਗੁਰਦੁਆਰਾ ਤੋਂ ਬੱਸ ਦੇ ਵਿੱਚ ਜਾ ਰਹੇ ਸੀ ਛੋਟੀ ਬੱਸ ਸੀ 25-27 ਜਾਣੇ ਹੋਣਗੇ
करतारपुर साहब नू जाना सी। अच्छा, रस्ते दे विच एक लस्सी दी दुकान आई, उन्हां दे गलास बहुत वड्डे वड्डे हुंदे ने लस्सी दे, असीं उह लस्सी पीण लई रुके जी। उन्नी देर नू जदों लस्सी पी रहे सी, एक मोटरसाइकिल दे उत्ते मुसलमान आया, उह सारिआं नू गले लग के मिलिआ, हां जी सरदार जी कित्थों आए हो, पुछिआ उन्हां ने, ते फिर उह चले गिआ। लस्सी पी के जदों असीं पैसे पुछे दुकान वाले नू, कहिंदा जी उह जिहड़ा आया सी ਸਾਡਾ ਸਾਥੀ ਉਹ ਤੁਹਾਨੂੰ ਮਿਲ ਕੇ ਗਿਆ, ਉਹ ਕਹਿੰਦਾ ਪੈਸੇ ਸਾਰਿਆਂ ਦੇ ਐਡਵਾਂਸ ਦੇ ਗਿਆ। ਉਹ ਇੰਨਾ ਮੋਹ ਕਰਦੇ ਨੇ, ਉਹ ਪੁੱਛਦੇ ਨੇ, ਤੇ ਲੋਕ ਤਾਂ ਚਾਹੁੰਦੇ ਨੇ ਅਸੀਂ ਇੱਕੋ ਜੀਏ, ਪਰ ਸਰਕਾਰਾਂ ਨਹੀਂ ਚਾਹੁੰਦੀਆਂ। ਸਰਕਾਰਾਂ ਦੀ ਬੇਈਮਾਨੀ ਜਿਹੜੀ ਹੈ ਨਾ, ਉਹ ਵੈਸੇ ਜੱਗ ਜਾ ਰਹੀ ਹੈਗੀ ਹੈ। ਤੇ ਮੈਂ ਸਮਝਦਾ ਵੀ ਇੱਕ ਜਿਹੜੇ ਸਾਹਿਤ ਨੂੰ ਪਿਆਰ ਕਰਦੇ ਨੇ, ਕਲਾ ਦੇ ਨਾਲ ਜੁੜੇ ਹੋਏ ਨੇ, ਘੱਟੋ ਇਹਨਾਂ ਨੂੰ ਸੌਖਾ ਕਰ ਦਿੱਤਾ ਜਾਵੇ, ਇਹ ਉੱਧਰ ਆਪਣੇ ਪ੍ਰੋਗਰਾਮ ਕਰ ਸਕਦੇ ਹੋਣ, ਜਿਵੇਂ ਕਰਤਾਰਪੁਰ ਸਰਹੱਦ ਉੱਤੇ ਹੋ ਵੀ ਰਹੇ ਆ, ਉਹ ਇੱਧਰ ਆ ਕੇ ਕਰ ਸਕਦੇ ਹੋਣ, ਤਾਂ ਕਿ ਸਾਡਾ ਸੱਭਿਆਚਾਰ, ਸਾਡੀਆਂ ਪਰੰਪਰਾਵਾਂ, ਸਾਡੇ ਰੀਤੀ ਰਿਵਾਜ਼ ਉਹ ਹੋਰ ਜਿਹੜਾ ਉਹਨਾਂ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਵਿਸ਼ੇ ਪਾ। ਹਾਂਜੀ ਭੱਟੀ ਸਾਹਿਬ, ਜਿਵੇਂ ਆਪਾਂ ਕਰਤਾਰਪੁਰ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ ਕੋਰੀਡੋਰ ਦੇ, ਉਹਦੇ ਵਿੱਚ ਵੀ ਚੁਣੌਤੀਆਂ ਲੋਕਾਂ ਨੂੰ ਆ ਰਹੀਆਂ ਨੇ ਪਾਸਪੋਰਟ ਦੀਆਂ ਜੀ ਜੀ ਬਿਲਕੁਲ, ਤੇ ਉਹ ਸਾਡੀ ਮੰਗ ਆ ਵੀ ਉਹ ਜਿਹੜਾ ਵੀਜ਼ਾ ਪ੍ਰਣਾਲੀ ਜਿਹੜੀ ਆ ਉਹ ਆਧਾਰ ਕਾਰਡ ਦੇ ਉੱਤੇ ਵੀ, ਜਿਹੜੇ ਕਈ ਬਜ਼ੁਰਗ ਆ ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਜਾਂ ਬਣ ਨਹੀਂ ਸਕਦੇ, ਬਿਲਕੁਲ ਨਹੀਂ ਬਣ ਸਕਦੇ, ਇਹੋ ਜਿਹੇ ਕੇਸ ਹੈਗੇ, ਉਹ ਚਾਹੁੰਦੇ ਆ ਜਾਣਾ ਬਿਲਕੁਲ। ਤੇ ਇੱਕ ਉਹ ਜਿਵੇਂ ਫੀਸ ਕਹਿੰਦੇ ਆ ਉਹ ਜ਼ਿਆਦਾ ਵਾ $20, ਤੇ ਇਹਨੂੰ ਬਹੁਤ ਸੌਖੇ ਢੰਗ ਦੇ ਨਾਲ ਆਪਾਂ ਕਰਕੇ, ਕਿਉਂਕਿ ਹਰ ਬੰਦਾ ਜਿਹੜਾ ਵਾ ਸ਼ਰੇਆਮ ਖੁੱਲ੍ਹੇਆਮ ਜਾ ਸਕੇ, ਇਹ ਜ਼ਰੂਰ ਹੈ। ਇਹ ਵੀ ਸੁਨੇਹਾ ਸਰਕਾਰਾਂ ਨੂੰ, ਸਮੂਹ ਪੰਜਾਬੀ ਭਾਈਚਾਰੇ ਦੀ ਇਹ ਮੰਗ ਹੈਗੀ ਹੈ, ਸਮੂਹ ਸਿੱਖ ਸੰਗਤ ਦੀ, ਬਿਲਕੁਲ ਬਿਲਕੁਲ, ਜੋ ਭਾਵੇਂ ਪੂਰੇ ਭਾਰਤ ਵਿੱਚ ਕਿਤੇ ਵੀ ਸਿੱਖ ਵੱਸਦੇ ਆ, ਵੀ ਅਸੀਂ ਕਰਤਾਰਪੁਰ ਦੇ ਦਰਸ਼ਨ ਕਰ ਸਕੀਏ ਜੀ। ਸੋ ਇਜਾਜ਼ਤ ਲੈਣ ਦਾ ਸਮਾਂ ਹੋ ਚੁੱਕਿਆ ਜੀ। ਔਲਖ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਹੈ ਔਰ ਸਾਡੇ ਸ਼ੁਕਰੀਆ ਸਾਹਿਬ ਸਟੂਡੀਓ ਵਿੱਚ ਪਹੁੰਚੇ ਹੋ, ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਜਲਦੀ ਅਸੀਂ ਹੋਰ ਵੀ ਤੁਹਾਡੇ ਨਾਲ ਇੱਕ ਹੋਰ ਪ੍ਰੋਗਰਾਮ ਵਿੱਚ ਗੁਫ਼ਤਗੂ ਕਰੀਏ, ਤੇ ਤੁਹਾਡੇ ਜਿਹੜੇ ਅਨੁਭਵ ਹੈਗੇ ਨੇ, ਤੁਹਾਡੇ ਤਜਰਬੇ ਆ, ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰੀਏ, ਤਾਂ ਕਿ ਉਹਨਾਂ ਦੀ ਸੋਚ ਔਰ ਗਿਆਨ ਦਾ ਘੇਰਾ ਜਿਹੜਾ ਆ ਉਹ ਵਿਸ਼ਾਲ ਹੋ ਸਕੇ। ਬਹੁਤ ਧੰਨਵਾਦ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਰਦਾਰ ਧਰਵਿੰਦਰ ਸਿੰਘ ਦੀ ਔਲਖ, ਜਿਨ੍ਹਾਂ ਨੇ ਆਪਣੇ ਕੀਮਤੀ ਰੁਝੇਵੇਂ ਦੇ ਵਿੱਚੋਂ ਅੱਜ ਸਮਾਂ ਕੱਢਿਆ ਔਰ ਬਹੁਤ ਸਾਰੇ ਆਪਣੇ ਦਿਲ ਦੇ ਅਨੁਭਵ, ਆਪਣੇ ਸਾਹਿਤਕ ਸਫ਼ਰ ਦੀਆਂ ਗੱਲਾਂ, ਪਾਕਿਸਤਾਨ ਦੀ ਯਾਤਰਾ ਦੇ ਸੰਬੰਧ ਵਿੱਚ, ਅਤੇ ਬਹੁਤ ਸਾਰੇ ਸੁਨੇਹੇ ਜਿਹੜੇ ਨੇ ਉਹਨਾਂ ਦੇ ਤਜ਼ਰਬਿਆਂ ਤੋਂ, ਉਹਨਾਂ ਦੀ ਜਿਹੜੇ ਜੀਵਨ ਤੋਂ ਸਾਨੂੰ ਮਿਲਦੇ ਆ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਅਜ਼ੀਮ ਸ਼ਖਸੀਅਤ ਦੇ ਨਾਲ, ਤੁਹਾਨੂੰ ਰੂਬਰੂ ਕਰਾਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।